ਹੁਣ ਉਹ ਕੋੜੀ ਨੂੰ ਲਿਆ ਕੇ ਰਸਤੇ 'ਚ ਬਿਠਾ ਦਿੱਤਾ ਤੇ ਗੁਰੂ ਅਰਕਿਸ਼ਨ ਸਾਹਿਬ ਜੀ ਨੂੰ ਜਦੋਂ ਪਾਲਕੀ ਲੰਗੀ ਤੇ ਕੋੜੀ ਉੱਚੀ ਉੱਚੀ ਰੋੜਾ ਪਾਉਣ ਲੱਗੇ ਮੇਰਾ ਇਲਾਜ ਕਰੋ ਮੈਂ ਦੁਖੀਆਂ ਆਇਆ ਤੁਹਾਡੇ ਦਰ ਤੇ ਮੇਰਾ ਇਲਾਜ ਕਰੋ ਗੁਰੂ ਅਰਕਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਤੇ ਉਹ ਪਾਲਕੀ ਰੋਕ ਦਿੱਤੀ ਸਤਿਗੁਰੂ ਪਾਲਕੀ ਵਿੱਚੋਂ ਉੱਤਰੇ ਪਾਲਕੀ ਵਿੱਚੋਂ ਉੱਤਰ ਕੇ ਆਪਣੇ ਰਮਾਲ ਦੇ ਨਾਲ ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ ਸਾਫ਼ ਕਰਕੇ ਤੇ ਕਹਿਣ ਲੱਗੇ ਭਲਿਓ ਇਹਨੂੰ ਗੁਰੂ ਘਰ ਵਿੱਚ ਲੈ ਕੇ ਆਓ ਇਹਦਾ ਇਲਾਜ ਕਰੀਏ ਮੈਂ ਥੋੜੀਆਂ ਬੇਨਤੀਆਂ ਕਰਨੀਆਂ ਚਾਹੁੰਦਾ ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ ਬੜੇ ਧਿਆਨ ਨਾਲ ਸੁਣਿਓ ਕਈ ਵਾਰੀ ਅਸੀਂ ਹਰ ਇੱਕ ਚੀਜ਼ ਨੂੰ ਕਰਾਮਾਤੀ ਰੰਗਣ ਵਿੱਚ ਰੰਗ ਦਿੰਨੇ ਹਾਂ ਅਸੀਂ ਪਸ਼ੋਕੜ ਬਣ ਜਾਂਦੇ ਹਾਂ ਮੈਂ ਇੱਕ ਪਸ਼ੋਕੜ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ ਯਾਦ ਰੱਖਿਓ ਜੀ ਇੱਕ ਦਿਪਾਲਪੁਰ ਦਾ ਕੋੜੀ ਸੀ ਜਿਹਦਾ ਇਲਾਜ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਫਿਰ ਗੁਰੂ ਅਮਰਦਾਸ ਜੀ ਦੇ ਵੇਲੇ ਇੱਕ ਸਿੱਖ ਪ੍ਰਚਾਰਕ ਬਣਿਆ ਭਾਈ ਪ੍ਰੇਮਾ ਉਹ ਵੀ ਕੋੜੀ ਸੀ ਉਹ ਵੀ ਕੋੜੀ ਸੀ ਲਾਹੌਰ ਦੇ ਖਾਰਾ ਪਿੰਡ ਦਾ ਰਹਿਣ ਵਾਲਾ ਯਾਦ ਰੱਖਿਓ ਜੀ ਉਹਦਾ ਵੀ ਇਲਾਜ ਕੀਤਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ ਤਰਨਤਾਰਨ ਸਾਹਿਬ ਦੇ ਵਿੱਚ ਬਕਾਇਦਾ ਕੋੜੀ ਘਰ ਖੋਲਿਆ ਗਿਆ ਗੁਰੂ ਘਰ ਏਡਾ ਵੱਡਾ ਇਲਾਜ ਕਰਦਾ ਸੀ ਗੁਰੂ ਹਰਾਈ ਸਾਹਿਬ ਦਾ ਜ਼ਿਕਰ ਮੈਂ ਤੁਹਾਡੇ ਨਾਲ ਹੁਣੇ ਸਾਂਝਾ ਕੀਤਾ ਹੈ ਵੀ ਉਹਨਾਂ ਦੇ ਦਵਾਖਾਨੇ ਵਿੱਚ ਉਹਨਾਂ ਦੇ ਮੈਡੀਕਲ ਸਟੋਰ ਦੇ ਵਿੱਚ ਉਹ ਦਵਾਈ ਸੀ ਜਿਹੜੀ ਉਸ ਵੇਲੇ ਦੇ ਸ਼ਾਹਜਹਾਨ ਦੇ ਦਵਾਖਾਨੇ ਵਿੱਚ ਵੀ ਨਹੀਂ ਸੀ ਤੇ ਇਸ ਲਈ ਗੁਰੂ ਘਰ ਵਿੱਚ ਕੋੜੀਆਂ ਦਾ ਇਲਾਜ ਤਾਂ ਪਹਿਲੇ ਦਿਨ ਤੋਂ ਹੁੰਦਾ ਹੀ ਆਇਆ ਇਹ ਕੋਈ ਨਮੀ ਗੱਲ ਨਹੀਂ ਸੀ ਜਦੋਂ ਗੁਰੂ ਅਰਕਿਸ਼ਨ ਸਾਹਿਬ ਜੀ ਉਹਨੂੰ ਲੈ ਕੇ ਗਏ ਤੇ ਉਹਦਾ ਇਲਾਜ ਕਰਵਾਇਆ ਉਹ ਤੰਦਰੁਸਤ ਹੋਇਆ ਤੇ ਉਹਨੇ ਬਾਹਰ ਰੋੜਾ ਪਾ ਦਿੱਤਾ ਦੁਨੀਆ ਦਾ ਰੋ ਤੁਸੀਂ ਐਵੇਂ ਕਹੀ ਜਾਂਦੇ ਹੋ ਗੁਰੂ ਅਰਕਿਸ਼ਨ ਸਾਹਿਬ ਜੀ ਬਚਪਨ ਵਿੱਚ ਨੇ ਜੀਨੇ ਵੀ ਆਪਣਾ ਕੋਈ ਰੋਗ ਮਟਾਉਣਾ ਹੈ ਉਹ ਗੁਰੂ ਅਰਕਿਸ਼ਨ ਸਾਹਿਬ ਜੀ ਦੇ ਦਰ ਤੇ ਆ ਜਾਓ ਉਹਦੇ ਦਰ ਤੇ ਆ ਕੇ ਕਿਹੜਾ ਰੋਗ ਹੈ ਜਿਹੜਾ ਮਨੁੱਖ ਦਾ ਨਹੀਂ ਟੁੱਟਦਾ